ਕੈਨੇਡੀਅਨ ਮਿੰਟ ਹਰ ਸਾਲ ਬਹੁਤ ਸਾਰੇ ਕੋਇਨ ਜਾਰੀ ਕਰਦੀ ਹੈ ਤੇ ਉਹਨਾਂ ਕੋਇਨਾਂ ਦੀ ਪ੍ਰਾਈਸ ਬਾਰੇ ਜਾਣਕਾਰੀ ਲੈਣ ਲਈ ਜੇ ਤੁਸੀਂ ਪ੍ਰੋਪਰ ਚਾਹੁੰਦੇ ਹੋ ਤਾਂ ਇਹ ਇੱਕ ਬੁੱਕਾ ਜਿਹਦਾ ਨਾਮ ਹੈ ਕੁਆਇਨ ਆਫ ਕੈਨੇਡਾ ਇਸ ਬੰਦਿਆਂ ਬਾਰੇ ਇਹ ਲਿਖੀ ਗਈ ਆ 39ਵਾਂ ਐਡੀਸ਼ਨ ਆ ਤੇ ਇਹ 2021 ਦਾ ਐਡੀਸ਼ਨ ਆ ਤੇ 40ਵਾਂ ਐਡੀਸ਼ਨ ਹੋਣਾ ਜਿਹੜਾ 2022 ਦਾ ਹੋਣਾ ਤੁਸੀਂ ਉਹ ਆਪਣੇ ਆਪ ਬਾਏ ਕਰ ਲਓ ਤੇ ਇਹਦੇ ਵਿੱਚ ਸਾਰੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਲੋੜੀ ਦੀ ਆ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ ਬਹੁਤ ਖੂਬਸੂਰਤ ਪਿਕਚਰ ਆ ਇਹ ਕਲਰਡ ਪਿਕਚਰ ਆ ਆਪਾਂ ਤੁਹਾਨੂੰ ਇਸ ਬੁੱਕ ਵਿੱਚੋਂ ਥੋੜਾ ਬਹੁਤਾ ਦਿਖਾ ਵੀ ਦੇਵਾਂਗੇ ਤੇ ਇਹ ਹੈ ਉਹ ਬੁੱਕ ਆ ਇਹਦੀ ਪ੍ਰਾਈਸ ਇੰਨੀ ਕੁ ਹੁੰਦੀ ਆ ਇਹਦੀ ਪ੍ਰਾਈਸ ਤੇ ਆਹ ਇਹਦਾ ਡਰੈੱਸ ਆ ਇਹਦਾ ਸੱਚਮੰਦ ਦਾ ਡਰੈਸ ਹੁਣ ਤੇ ਆ ਸਾਰੀ ਇਨਫੋਰਮੇਸ਼ਨ ਇਹਦੇ ਵਿੱਚ ਪ੍ਰੋਵਾਈਡ ਕੀਤੀ ਗਈ ਆ ਟਨੈਡਾ ਦੇ ਕੋਈ ਨਾ ਬਾਰੇ ਰੰਗਦਾਰ ਪੇਜ ਨੇ ਇਹਦੇ ਚ ਇਸ ਤਰ੍ਹਾਂ ਦੀ ਇਹ ਬੁੱਕ ਆ ਤੇ ਜਿਹੜੀ ਕਿ ਬਹੁਤ ਹੀ ਵਿਸਥਾਰ ਸਹਿਤ ਜਿਹਦੇ ਵਿੱਚ ਜਾਣਕਾਰੀ ਪ੍ਰੋਵਾਈਡ ਕੀਤੀ ਗਈ ਆ ਇਹ ਇਹਦੇ ਵਿੱਚ ਇਹਨਾਂ ਜਿਹੜੇ ਇਹ ਹੈਗੇ ਨੇ ਆਪਣੇ ਕੋਇਨ ਇਹਨਾਂ ਦੀ ਪ੍ਰਾਈਸ ਵੀ ਦੱਸੀ ਗਈ ਆ ਜਿਵੇਂ ਮੰਨ ਲਓ ਹੁਣ ਤੁਸੀਂ ਆਹ ਕੋਇਨ ਨੇ ਜਿਹੜੇ ਇਹਨਾਂ ਦੀ ਪ੍ਰਾਈਸ ਆ ਆ ਸੀਗੀ ਈਸ਼ੂ ਪ੍ਰਾਈਸ ਵੀ ਦੱਸੀ ਹੋਈ ਆ ਉਹਨਾਂ ਨੇ ਕੁਆਂਟੀਟੀ ਵੀ ਦੱਸੀ ਹੋਈ ਆ ਤੇ ਅੱਜ ਦੀ ਪ੍ਰਾਈਸ ਵੀ ਦੱਸੀ ਹੋਈ ਆ ਇਸ ਤਰ੍ਹਾਂ ਤੇ ਸਾਰਾ ਕੁਝ ਇਹਦੇ ਵਿੱਚ ਦੱਸਿਆ ਗਿਆ ਤੇ ਦੇ ਕੋਈਆਂ ਦੀਆਂ ਉਹ ਹੀ ਰੰਗਦਾਰ ਪਿਕਚਰ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਲਾਈਆਂ ਜਾਂਦੀਆਂ ਨੇ ਤੇ ਬਹੁਤ ਖੂਬਸੂਤ ਕਵਨ ਅਤੇ ਖੂਬਸੂਤੀ ਇਨਾਂ ਦੇ ਬਾਰੇ ਪਸਟਾਰ ਸਹਿਤ ਦੱਸਿਆ ਗਿਆ ਤੇ ਇਹ ਆਪਾਂ ਤੁਹਾਨੂੰ ਇਹ ਸਿਲਵਰ ਦੇਖੋ ਇਹਨੇ ਜਿਵੇਂ ਤੇ ਬਾਕੀ ਸਾਰੇ ਕੋਈਆਂ ਵਿੱਚ ਬਾਰੇ ਇਹਨਾਂ ਦੇ ਚ ਕੱਲੇ-ਕੱਲੇ ਕਵਨ ਬਾਰੇ ਜਿਹੜੇ ਹੁਣ ਤੱਕ ਕੈਨੇਡੀਅਨ ਮਿੰਟ ਬੋਲਣ ਜਾਰੀ ਕੀਤੇ ਨੇ ਉਹਨਾਂ ਬਾਰੇ ਦੱਸਿਆ ਗਿਆ ਆ 골ਡ ਦੇ ਕੋਇਨ ਨੇ ਤੇ ਇਹਨਾਂ ਬਾਰੇ ਵੀ ਦੱਸਿਆ ਹੋਇਆ ਤੇ ਜਿਹੜਾ ਆਪਣੇ ਕੋਲ ਇੱਕ ਕੋਇਨ ਆਪਾਂ ਦੇਖਦੇ ਹੁੰਨੇ ਅਕਸਰੀ ਉਹ ਆ ਕੋਇਨ 2016 ਦਾ ਦੀਵਾਲੀ ਵਾਲਾ ਤੇ ਉਹ ਕੋਇਨ ਦੀ ਪ੍ਰਾਈਸ ਵੀ ਆਪਾਂ ਦੇਖਦੇ ਹਾਂ 2016 ਦੁਆਲੀ ਵਾਲਾ ਕੋਆਨ ਇੱਥੇ ਲਿਖਿਆ ਹੋਊ ਆ ਸੀ 275 ਕੁਆਂਟੀਟੀ ਸੀ ਇਹਦੀ ਤੇ 2800 ਇਹਦਾ ਇਸੂ ਪ੍ਰਾਈਸ ਸੀ ਤੇ ਅੱਜ ਇਹਦੀ ਪ੍ਰਾਈਸ ਹੈ ਜੀ 3000 ਇਹ ਕੈਨੇਡੀਅਨ ਡਾਲਰ ਚ ਜਿਹੜੀ ਪ੍ਰਾਈਸ ਦੱਸੀ ਹੋਈ ਹੈ ਤੇ ਇਹਦੇ ਬਾਰੇ ਸਾਰਾ ਕੁਝ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੋਈ ਆ ਆ ਉੱਤੇ ਇਹਨਾਂ ਦੇ ਵੇਟ ਕਿੰਨਾ ਉਹਦਾ A to Z ਸਾਰਾ ਕੁਝ ਜਿੰਨਾ ਵੀ ਕਿਸੇ ਚੀਜ਼ ਦਾ ਆਪਾਂ ਨੂੰ ਚਾਹੀਦਾ ਜੋ ਵੀ ਉਹ ਇਹਦੇ ਤੇ ਦੱਸੀ ਹੋਈ ਹੈ ਉਨਾ 2015 ਵਿੱਚ ਜਿਹੜਾ ਇੱਕ ਦੀਵਾਲੀ ਦਾ ਕੋਇਨ ਜਾਰੀ ਕੀਤਾ ਸੀਗਾ ਤੇ ਇਹ ਇਹ ਉਹਦਾ ਨਾਮ ਬੰਦੇ ਦਾ ਜਿਹਨੇ 44 ਜਿਹਨੇ ਬਣਾਇਆ ਹੁਣੋਂ ਮੇਰੇ ਹਿਸਾਬ ਨਾਲ ਡਿਜ਼ਾਈਨ ਕੀਤਾ ਉਹਦਾ ਨਾਮ ਹੈ ਇਹ ਤੇ 2015 ਦਾ ਕੋਇਨ ਇਹ ਇਹਦੇ ਬਾਰੇ ਵੀ ਇੱਥੇ ਹੈਗਾ ਜੇਕਰ ਕੀਤਾ ਹੋਇਆ 2015 ਦਾ ਉਹੀ ਦੀਵਾਲੀ ਦਾ ਹੈ ਕੋਇਨ 2075 2500 ਦੀ ਕੀਮਤ ਸੀਗੀ ਸਟਾਰਟਿੰਗ ਤੇ ਹੁਣ ਹੈਗਾ ਇਹ 3000 ਦਾ ਤੇ ਇਸ ਤਰ੍ਹਾਂ ਇਹ ਸਾਰੇ ਕਵਾਨਾਂ ਬਾਰੇ ਜਿਹੜੇ ਅਨ ਸਰਕੂਲੇਟਡ ਕਵਾਨ ਨੇ ਮੋਸਟਲੀ ਉਹ ਜਿਨ੍ਹਾਂ ਦੀ ਪ੍ਰਾਈਸ ਆਪਾਂ ਨੂੰ ਨਹੀਂ ਪਤਾ ਲੱਗਦੀ ਤਾਂ ਆਪਾਂ ਇਸ ਬੁੱਕ ਦੇ ਦੇ ਹਿਸਾਬ ਤੋਂ ਅੰਦਾਜ਼ਾ ਲਾ ਸਕਦੇ ਹਾਂ ਉਹਦੀ ਪ੍ਰਾਈਸ ਦਾ ਜਿਹਦੇ ਵਿੱਚ ਸਹੀ ਪ੍ਰਾਈਸ ਆਪਾਂ ਨੂੰ ਗਾਈਡ ਕੀਤੀ ਜਾਂਦੀ ਹੈ ਤੇ ਇਹ ਇਹਦੇ ਪੇਜ ਘਟੋ ਘਟ ਹੈਗੇ ਆ ਇਹ ਪੇਜ ਦੇਖੀ ਤਾਂ ਮੇਰੇ ਹਿਸਾਬ ਨਾਲ 7-800 ਫੀਸ ਦਾ ਕਿਸ਼ ਬੁੱਕ ਦਾ ਇਹ ਇੱਕ ਵਧੀਆ ਇਨਫੋਰਮੇਸ਼ਨ 750 ਪੇਜ ਦੀ ਇਹ ਇੱਕ 750 ਪੇਜ ਦੀ ਬੁੱਕ ਆ ਇਹ ਤਾਂ ਪ੍ਰਾਈਸ ਦੇ ਹਿਸਾਬ ਨਾਲ ਇਹ 750 ਪੇਜ ਦੀ ਬੁੱਕ ਮਾੜੀ ਨਹੀਂ ਹੈਗੀ ਜਿਹੜੇ ਵੀ ਕੋਇਨਾ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ ਕੈਨੇਡਾ ਦੇ ਬਾਰੇ ਉਹੋ ਇਹ ਬੁੱਕ ਨੂੰ ਬਾਏ ਕਰ ਸਕਦੇ ਨੇ ਅਫੋਰਡੇਬਲ ਆ ਕੋਈ ਬਹੁਤ ਹੀ ਮਹਿੰਗੀ ਨਹੀਂ ਤੇ ਇਸ ਤਰ੍ਹਾਂ ਜਿਵੇਂ 2 ਡਾਲਰ ਦੇ ਕੋਆਣ ਸੀਗੇ ਇਹ ਉਹਨਾਂ ਬਾਰੇ ਆਨਾਂ ਦੀ ਕਿੰਨੇ ਸੀਗੇ ਇਹ ਆਦ ਰਨਾਂ ਅਨਾਂ ਦੀ ਵੈਲਿਊ ਵੀ ਦੱਸੀ ਹੋਈ ਹੈ ਜੀ ਸੁਪ੍ਰਾਈਜ਼ ਦਾ ਇਹਨਾਂ ਨੂੰ ਪਤਾ ਨਹੀਂ ਆਏਗਾ ਇਹਨਾਂ ਦੇ ਬਾਰੇ ਤੇ ਇਹ ਸਤਾਂ ਇੱਕ ਕੁਆਇਨ ਜਿਹੜਾ ਸਭ ਤੋਂ ਮਹਿੰਗਾ 1 ਸੈਂਟ ਦਾ ਕੁਆਇਨ ਆ ਕੈਨੇਡਾ ਦਾ ਜਿਹੜਾ ਹੁਣ ਤੱਕ ਮੈਨੂੰ ਲੱਗਿਆ ਉਹ ਵੀ ਮੇਰੇ ਇੱਥੇ ਇਹਨਾਂ ਨੇ ਦੱਸਿਆ ਹੋਇਆ ਤੇ ਉਹ ਆ ਸੀ ਆ ਜਿਹੜਾ 1937 ਦਾ 1 ਸੈਂਟ ਦਾ ਕੁਆਇਨ ਆ ਜਿਹਦੇ ਵਿੱਚ ਆ ਡਾਟ ਆ ਇਹਦੀ ਪ੍ਰਾਈਸ ਆ ਦੇਖਿਓ ਤੁਸੀਂ ਆਪਣੇ ਆਪ ਡਾਟ ਵਾਲ ਜਿਹਦੇ ਇੱਥੇ 19 ਤੇ 37 ਦੇ ਵਿਚਾਲੇ ਜੀ ਡਾਟ ਆ ਉਹ ਇਹ ਕਹਿੰਦੇ 6 ਦਾ ਬਥਾ ਇਹਨਾਂ ਨੂੰ ਤੇ 1997 ਦੇ ਵਿੱਚ ਇਹ 1 ਲੱਖ 21000 ਦਾ ਸੀ ਅਮਰੀਕਨ ਕੈਨੇਡਾ ਦਾ ਆ ਜਨਵਰੀ 2004 ਦੇ ਵਿੱਚ ਇਹ ਤੇ ਸੇਲ ਹੋ ਗਿਆ ਫਿਰ ਇਹ ਦੁਬਾਰੇ 2010 ਵਿੱਚ 3 ਲੱਖ ਕਨੇਡੀਅਨ ਡਾਲਰ ਇੰਨਾ ਮਹਗਾ ਕੁਆਇਨਾ ਹੈ ਇਸ ਤਰ੍ਹਾਂ ਇਸ ਦੀ ਵੈਲਿਊ ਵੀ ਆਪਾਂ ਨੂੰ ਕੁਆਇਨਾ ਦੀ ਇਹਨਾਂ ਚੋਂ ਪਤਾ ਲੱਗਦੀ ਹੈ ਤੇ ਤੁਸੀਂ ਦੇਖਦੇ ਰਹੋ ਆਪਾਂ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ